ਦੇਖੋ ਜੀ ਵਿਆਹ ਗਿਆ ਏ ਲੰਘ ਤੇ ਕਿਰਪਾਲਤਾ ਕਰਕੇ ਮੈਨੂੰ ਕੋਈ ਵੀ ਏਦਾਂ ਦਾ ਕੁਐਸਚਨ ਨਾ ਕਰੋ। ਕਹਿੰਦੇ ਨਾ ਕਦੀ ਤਾਂ ਤੁਹਾਡੀ ਫਰੈਂਡ ਸੀਗੀ ਤਾਂ ਉਹਨੂੰ ਮੁਬਾਰਕਬਾਦ ਦੇਣੀ ਬਣਦੀ ਆ। ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬੀਤੇ ਦਿਨੀ ਸਾਜਣ ਤੇ ਤਾਣੀਆਂ ਦਾ ਵਿਆਹ ਹੋ ਕੇ ਹਟਿਆਗਾ। ਸੋ ਸਾਰੇ ਭਰਾ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਜੋੜੀ ਨੂੰ ਮੁਬਾਰਕਾਂ ਜ਼ਰੂਰ ਦੇ ਦਿਓ, ਉਹਨਾਂ ਨੂੰ ਬੈਸਟ ਵਿਸ਼ ਜ਼ਰੂਰ ਦਿਓ। ਸੋ ਉੱਥੇ ਹੀ ਜਦੋਂ ਤਾਣੀਆਂ ਤੇ ਸਾਜਣ ਚੰਡੀਗੜ੍ਹ ਰਹਿੰਦੇ ਹੁੰਦੇ ਸੀਗੇ ਤਾਂ ਉਹਨਾਂ ਦੇ ਨਾਲ ਦੋ ਕੁੜੀਆਂ ਹੋਰ ਵੀ ਹੁੰਦੀਆਂ ਸੀ, ਚਾਹਤ ਤੇ ਅਸੀਸ ਪ੍ਰੀਤ। ਸੋ ਜਿਨ੍ਹਾਂ ਨੇ ਬੀਤੇ ਦਿਨ ਹੀ ਸਨੈਪਚੈਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਚਾਹਤ ਨੇ ਇੱਕ ਸਟੋਰੀ ਦੇ ਵਿੱਚ ਕਿਹਾ ਕਿ ਹੁਣ ਤੂੰ ਬੋਲਣੋਂ ਵੀ ਗਈ। ਇਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਿੱਧੇ ਰਿਪਲਾਈ ਨੇ ਜਿਹੜੇ ਕਿ ਤਾਣੀਆਂ ਨੂੰ ਕੀਤੇ ਜਾ ਰਹੇ ਨੇ, ਕਿਉਂਕਿ ਤਾਣੀਆਂ ਨੇ ਚਾਹਤ ਤੇ ਸੀਸਪ੍ਰੀਤ ਨੂੰ ਕੋਈ ਕਾਰਡ ਨਹੀਂ ਦਿੱਤਾ, ਉਹਨਾਂ ਨੂੰ ਵਿਆਹ ਦੇ ਵਿੱਚ ਕੋਈ ਸੱਦਾ ਪੱਤਰ ਨਹੀਂ ਦਿੱਤਾ। ਸੋ ਉੱਥੇ ਹੀ ਜਦੋਂ ਲੋਕਾਂ ਨੇ ਉਹਨਾਂ ਨੂੰ ਮੈਸੇਜ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ, ਜਿਵੇਂ ਕਿ ਤੁਸੀਂ ਇੱਕ ਕਮੈਂਟ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਜਿਹਦੇ ਵਿੱਚ ਪੁੱਛਿਆ ਗਿਆ ਕਿ ਤੁਹਾਨੂੰ ਤਾਣੀਆਂ ਨੇ ਆਪਣੇ ਵਿਆਹ ਦੇ ਵਿੱਚ ਨਹੀਂ ਬੁਲਾਇਆ, ਤਾਂ ਚਾਹਤ ਨੇ ਕਿਹਾ ਕਿ ਨਹੀਂ ਬੁਲਾਇਆ। ਅਤੇ ਉਸ ਤੋਂ ਬਾਅਦ ਉਹਨਾਂ ਦੀ ਰੀਲਾਂ ਥੱਲੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਜਿਹਦੇ ਵਿੱਚ ਲੋਕ ਕਹਿੰਦੇ ਪਏ ਨੇ ਕਿ ਇਹ ਸਿੱਧੇ ਰਿਪਲਾਈ ਨੇ ਜਿਹੜੇ ਕਿ ਤਾਣੀਆਂ ਨੂੰ ਕੀਤੇ ਜਾ ਰਹੇ ਨੇ। ਸੋ ਬਾਕੀ ਇਹਨਾਂ ਗੱਲਾਂ ਬਾਰੇ ਚਾਹਤ ਕੀ ਬੋਲੀ ਤੁਸੀਂ ਉਹ ਵੀ ਇੱਕ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ। ਬਾਕੀ ਤੁਹਾਨੂੰ ਇੱਥੇ ਕੌਣ ਸਹੀ ਲੱਗਦਾ ਕੌਣ ਗਲਤ ਲੱਗਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਕੇ। ਬਾਕੀ ਹੋਰ ਅਪਡੇਟਸ ਲਈ ਚੈਨਲ 'ਤੇ ਲਗਾਤਾਰ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਰੱਬ ਰਾਖਾ। ਵਿਆਹ ਗਿਆ ਏ ਲੰਘ ਤੇ ਕਿਰਪਾਲਤਾ ਕਰਕੇ ਮੈਨੂੰ ਕੋਈ ਵੀ ਏਦਾਂ ਦਾ ਕੁਐਸਚਨ ਨਾ ਕਰੋ, ਹੋਰ ਕੁਛ ਪੁੱਛੋ ਤਾਂ ਕਿ ਆਪਾਂ ਤੁਹਾਨੂੰ ਜਵਾਬ ਦਈਏ ਵਧੀਆ। ਹਾਂਜੀ ਹਾਂਜੀ, ਜਿੱਦਾਂ ਕਿ ਦੇਖ ਲਓ ਇਸ਼ੂ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਕੀ ਨਹੀਂ ਆ, ਠੀਕ ਆ, ਪਰ ਮੈਂ ਇਹ ਗੱਲਾਂ 'ਚ ਇੰਟਰਸਟਿਡ ਹੀ ਨਹੀਂ ਹਾਂ, ਮੈਂ ਕੋਈ ਜਵਾਬ ਨਹੀਂ ਦੇਣੇ, ਕੋਈ ਕੁਛ ਨਹੀਂ। ਬਾਕੀ ਕਹਿੰਦੇ ਨਾ ਕਦੀ ਤਾਂ ਤੁਹਾਡੀ ਫਰੈਂਡ ਸੀਗੀ ਤਾਂ ਉਹਨੂੰ ਮੁਬਾਰਕਬਾਦ ਦੇਣੀ ਬਣਦੀ ਆ, ਤਾਂ ਠੀਕ ਆ, ਜ਼ਰੂਰੀ ਨਹੀਂ ਕਿ ਮੈਂ ਰਿਪਲਾਈ ਕਰਕੇ ਮੁਬਾਰਕ ਦੇਵਾਂ। ਆਪਣੇ ਦੀ ਫੈਮਿਲੀ ਆ, ਹੋਰ ਉਹਦਾ ਫਰੈਂਡ ਸਰਕਲ ਆ, ਖੁਸ਼ ਰਹੇ, ਵਧੀਆ ਰਹੇ, ਆਪਣਾ ਤਾਂ ਵਿਆਹ ਹੋਇਆ, ਫਿਊਚਰ ਦੇਖੇ, ਪਰ ਮੈਂ ਇਸ ਗੱਲਾਂ 'ਚ ਜਮਾਂ ਵੀ ਇੰਟਰਸਟਿਡ ਨਹੀਂ ਹਾਂ।